ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਹੈਲੋ ਐਵਰੀਵਨ, ਸਾਡਾ ਅੱਜ ਦਾ ਕੁਸ਼ਚਨ ਹੈ, 3 ਟੈਂਕਰਸ ਕੰਟੇਨ 403 ਲੀਟਰ, 434 ਲੀਟਰ ਐਂਡ 465 ਲੀਟਰਸ ਆਫ ਡੀਜ਼ਲ ਰਿਸਪੈਕਟਿਵਲੀ, ਫਾਈਂਡ ਦਾ ਮੈਕਸੀਮਮ ਕੈਪੈਸਿਟੀ ਆਫ ਕੰਟੇਨਰ ਦੈਟ ਕੈਨ ਮੈਜਰ ਦਾ ਡੀਜ਼ਲ ਆਫ 3 ਕੰਟੇਨਰ ਐਗਜੈਕਟ ਨੰਬਰ ਆਫ ਟਾਈਮਸ। ਸੋ ਉਹਨੇ 3 ਟੈਂਕਰਸ ਕੰਟੇਨ ਦਿੱਤੇ ਹੋਏ, ਲੀਟਰਸ ਦਿੱਤੇ ਹੋਏ ਸਾਨੂੰ, ਅਤੇ ਇਹਨਾਂ 'ਚ ਕਿਹਾ ਗਿਆ ਹੈ ਕਿ ਸਾਨੂੰ ਮੈਕਸੀਮਮ ਕੈਪੈਸਿਟੀ ਆਫ ਕੰਟੇਨਰ ਫਾਈਂਡ ਕਰਨੀ ਹੈ ਦੈਟ ਕੈਨ ਮੈਜਰ ਡੀਜ਼ਲ ਆਫ 3 ਕੰਟੇਨਰ ਐਗਜੈਕਟ ਨੰਬਰ ਆਫ ਟਾਈਮਸ। ਸੋ ਜਿਹੜਾ ਮੈਕਸੀਮਮ ਕੈਪੈਸਿਟੀ ਆਫ ਹੋਵੇਗੀ ਕੰਟੇਨਰ, ਉਹ ਹੋਵੇਗੀ ਐਚ ਸੀ ਐਫ ਦੇ ਬਰਾਬਰ। ਸੋ ਆਪਾਂ ਲਿਖ ਲੈਂਦੇ ਹਾਂ, ਮੈਕਸੀਮਮ ਕੈਪੈਸਿਟੀ ਹੋਵੇਗੀ ਆਫ ਕੰਟੇਨਰ ਇਜ ਇਕੁਅਲ ਟੂ ਐਚ ਸੀ ਐਫ ਆਫ ਡੀਜ਼ਲ ਕੈਪੈਸਿਟੀ, ਜੋ ਸਾਨੂੰ ਕੁਸ਼ਚਨ ਦੇ ਵਿੱਚ ਦਿੱਤੀ ਗਈ ਹੈ। ਸੋ ਹੁਣ ਆਪਾਂ ਕੀ ਕਰਦੇ ਹਾਂ, ਆਪਾਂ ਫੈਕਟਰਸ ਕੱਢ ਲੈਂਦੇ ਹਾਂ ਜਿਹੜੇ ਆਪਾਂ ਨੂੰ ਡੀਜ਼ਲ ਦੀ ਕਪੈਸਿਟੀ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ 403 ਦੇ ਫੈਕਟਰਸ, ਠੀਕ ਹੈ ਜੀ। ਸੋ 403 ਦੇ ਫੈਕਟਰਸ ਆ ਗਏ 1, 13, 31 ਅਤੇ 403। ਇੱਦਾਂ ਹੀ 434 ਦੇ ਫੈਕਟਰਸ ਦੇਖ ਲੈਂਦੇ ਹਾਂ ਆਪਾਂ, ਉਹ ਆ ਜਾਣਗੇ 1, 2, 7, 14, 31, 62 ਅਤੇ 217 ਅਤੇ ਆਖਿਰ 434। ਅਤੇ 465 ਦੇਖ ਲੈਂਦੇ ਹਾਂ, ਉਹ ਆ ਜਾਣਗੇ ਆਪਣੇ ਕੋਲ 1, 3, 5, 15, 31, 93, 155 ਅਤੇ 465। ਸੋ ਹੁਣ ਆਪਾਂ ਦੇਖ ਲੈਂਦੇ ਹਾਂ ਕਾਮਨ ਕਿਹੜਾ ਹੈ ਇਹਨਾਂ 'ਚੋਂ, ਕਾਮਨ ਆਪਣੇ ਕੋਲ ਆ ਗਿਆ ਹੈ 31। ਦੇਰਫੋਰ ਜਿਹੜਾ ਸਾਡਾ ਐਚ ਸੀ ਐਫ ਹੋਵੇਗਾ ਉਹ ਕਿੰਨਾ ਹੋਵੇਗਾ, ਐਚ ਸੀ ਐਫ ਆਫ 403, 434 ਐਂਡ 465 ਇਜ਼ ਇਕੁਅਲ ਟੂ 31। ਦੇਅਰਫੋਰ ਦਾ ਮੈਕਸੀਮਮ ਕੈਪੈਸਿਟੀ ਆਫ ਕੰਟੇਨਰ ਕਿੰਨੀ ਆ ਜਾਊਗੀ, ਦਾ ਮੈਕਸੀਮਮ ਕੈਪੈਸਿਟੀ ਆਫ ਕੰਟੇਨਰ ਸ਼ੁੱਡ ਬੀ 31 ਲੀਟਰਸ। ਇਹ ਸਾਡਾ ਆਂਸਰ ਹੈ। ਥੈਂਕ ਯੂ।